ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਸਕੂਲ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 6ਵੀਂ ਜਮਾਤ ਦੀ ਪੰਜਾਬੀ ਦੂਜੀ ਪਾਠਸ਼ਾ ਦੀ ਪੁਸਤਕ ਦਾ ਤੀਸਰਾ ਪਾਠ ਕਰਾਂਗੇ ਇਸ ਪਾਠ ਦਾ ਸਿਰਲੇਖ ਹੈ ਸਮਾਜ ਸੇਵਕ ਅਤੇ ਇਸ ਦੇ ਲੇਖਕ ਹਨ ਤਿਰਲੋਚਨ ਸਿੰਘ ਤਰਸੀ ਤਾਂ ਆਓ ਅਸੀਂ ਇਸ ਪਾਠ ਦਾ ਅਧਿਐਨ ਕਰਦੇ ਹਾਂ ਸਮਾਜ ਸੇਵਕ ਪਾਠ ਸਕਾਊਟ ਅਤੇ ਗਾਈਡ ਦੇ ਇਤਿਹਾਸ ਅਤੇ ਇਹਨਾਂ ਵੱਲੋਂ ਕੀਤੀ ਜਾਂਦੀ ਨਿਸ਼ਕਾਮ ਸਮਾਜ ਸੇਵਾ ਬਾਰੇ ਸਾਨੂੰ ਦੱਸਦਾ ਹੈ ਕਿਸ ਤਰ੍ਹਾਂ ਸਕਾਊਟ ਅਤੇ ਗਾਈਡ ਨਾਲ ਜੁੜੇ ਹੋਏ ਬੱਚੇ ਵਿਦਿਆਰਥੀ ਅਤੇ ਹੋਰ ਲੋਕ ਬਿਨਾਂ ਕਿਸੇ ਆਪਣੇ ਲਾਲਚ ਦੇ ਬਿਨਾਂ ਕਿਸੇ ਭੇਦ ਭਾਵ ਦੇ ਸਮਾਜ ਦੇ ਸਾਰੇ ਲੋਕਾਂ ਦੀ ਉਹਨਾਂ ਦੀ ਮੁਸੀਬਤ ਵਿੱਚ ਅਤੇ ਹੋਰ ਵੀ ਸਮਿਆਂ ਉੱਤੇ ਮਦਦ ਕਰਦੇ ਹਨ ਤਾਂ ਆਓ ਇਸ ਪਾਠ ਨੂੰ ਪੜ੍ਹਨਾ ਸ਼ੁਰੂ ਕਰੀਏ ਤੇ ਨਾਲ ਨਾਲ ਇਸ ਵਿੱਚ ਆਉਂਦੇ ਔਖੇ ਸ਼ਬਦਾਂ ਦੇ ਅਰਥ ਮੈਂ ਤੁਹਾਨੂੰ ਦੱਸਤੀ ਜਾਵਾਂਗੀ ਤਾਂ ਜੋ ਤੁਹਾਨੂੰ ਇਹ ਪਾਠ ਪੜਨ ਵਿੱਚ ਤੇ ਇਸ ਨੂੰ ਸਮਝਣ ਵਿੱਚ ਆਸਾਨੀ ਹੋਵੇ। ਪਾਠ ਸ਼ੁਰੂ ਕਰਨ ਲੱਗੀ ਹਾਂ। ਕਈ ਮੇਲਿਆਂ ਵਿੱਚ ਨੀਲੀ ਵਰਦੀ ਵਾਲੇ ਕੁਝ ਮੁੰਡੇ ਸੇਵਾ ਕਰਦੇ ਨਜ਼ਰ ਆਉਂਦੇ ਹਨ। ਆਨੰਦਪੁਰ ਸਾਹਿਬ ਦਾ ਹੋਲਾ ਹੋਵੇ, ਭਾਵੇਂ ਮੁਕਸਰ ਸਾਹਿਬ ਦਾ ਮਾਗੀ ਦਾ ਮੇਲਾ ਤੇ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਜਾਂ ਕੁੰਬ ਦਾ ਮੇਲਾ। ਤਾਂ ਇਹਨਾਂ ਲਾਈਨਾਂ ਵਿੱਚ ਸਾਨੂੰ ਪੰਜਾਬ ਦੇ ਤਿੰਨ ਵੱਡੇ ਮੇਲੇ ਆ ਤੇ ਉਸ ਤੋਂ ਇਲਾਵਾ ਭਾਰਤ ਦਾ ਇੱਕ ਵੱਡਾ ਮੇਲਾ ਯਾਨੀ ਕਿ ਕੁੰਭ ਦਾ ਮੇਲਾ ਉਹਨਾਂ ਬਾਰੇ ਦੱਸਿਆ ਗਿਆ ਕਿ ਹਰ ਜਗ੍ਹਾ ਤੇ ਸਾਨੂੰ ਨੀਲੀ ਵਰਦੀ ਵਾਲੇ ਕੁਝ ਮੁੰਡੇ ਸੇਵਾ ਕਰਦੇ ਨਜ਼ਰ ਆਉਂਦੇ ਹਨ ਇਹ ਮੁੰਡੇ ਯਾਤਰੀਆਂ ਦੀ ਸਹਾਇਤਾ ਕਰਨ ਲਈ ਹਰ ਥਾਂ ਤਿਆਰ ਮਿਲਣਗੇ ਇਸਤਰੀਆਂ ਦੀ ਸਹਾਇਤਾ ਲਈ ਕੁਝ ਕੁੜੀਆਂ ਵੀ ਖਲੋਤੀਆਂ ਮਿਲਦੀਆਂ ਹਨ ਮਾਤਾ ਜੀ ਬੀਬੀਆਂ ਦੇ ਲਈ ਇਸ਼ਨਾਨ ਘਰ ਇੱਧਰ ਹੈ ਕੋਈ ਕੁੜੀ ਕਹੇਗੀ ਇੱਧਰ ਮਤਲਬ ਇਸ ਪਾਸੇ ਹੈ ਉਹ ਕੁੜੀ ਉਹਨਾਂ ਨੂੰ ਦੱਸ ਰਹੀ ਹੈ ਕਿ ਬੀਬੀਆਂ ਮਤਲਬ ਔਰਤਾਂ ਲਈ ਇਸ਼ਨਾਨ ਘਰ ਕਿੱਥੇ ਹੈ? ਬਾਬਾ ਜੀ ਪ੍ਰਸ਼ਾਦ ਲਈ ਪਰਚੀ ਉਥੋਂ ਕਟਵਾਓ। ਇੱਕ ਹੋਰ ਮੁੰਡਾ ਦੱਸ ਰਿਆ ਨਜ਼ਰ ਆਵੇਗਾ। ਇੱਕ ਮੁੰਡਾ ਕਿਸੇ ਬਾਬਾ ਜੀ ਨੂੰ ਦੱਸ ਰਿਹਾ ਕਿ ਪ੍ਰਸ਼ਾਦ ਲਈ ਪਰਚੀ ਕਿਸ ਪਾਸੇ ਤੋਂ ਕਟਵਾਉਣੀ ਹੈ। ਕਾਕਾ ਕੀ ਗੱਲ? ਕਿਉਂ ਰੋ ਰਿਹਾ ਹੈ? ਕਿਸੇ ਰੋਂਦੇ ਬੱਚੇ ਨੂੰ ਆਪਣੇ ਮਾਤਾ-ਪਿਤਾ ਨਾਲੋਂ ਵੱਖ ਹੋਇਆ ਵੇਖ ਕੇ ਕੋਈ ਮੁੰਡਾ ਉਸ ਕੋਲੋਂ ਪਿਆਰ ਨਾਲ ਪੁੱਛੇਗਾ ਅਤੇ ਫਿਰ ਉਹਨੂੰ ਉਸ ਤੰਬੂ ਵਿੱਚ ਲੈ ਜਾਵੇਗਾ ਜਿੱਥੋਂ ਗਵਾਚੇ ਬੱਚਿਆਂ ਬਾਰੇ ਲਾਊਡ ਸਪੀਕਰ ਰਾਹੀਂ ਦੱਸਿਆ ਜਾਂਦਾ ਹੈ। ਕਿਸੇ ਮੁਸਾਫਿਰ ਨੂੰ ਸੱਟ ਲੱਗ ਜਾਵੇ ਤਾਂ ਇਹਨਾਂ ਮੁੰਡਿਆਂ ਜਾਂ ਕੁੜੀਆਂ ਵਿੱਚੋਂ ਕੋਈ ਇੱਕ ਉਸ ਮੁਸਾਫਿਰ ਨੂੰ ਮੋਢਲੇ ਡਾਕਟਰ ਸਹਾਇਤਾ ਵਾਲੇ ਤੰਬੂ ਤੱਕ ਲੈ ਜਾਵੇਗਾ ਇੰਜ ਇਹ ਸਕੂਲਾਂ ਦੇ ਬੱਚੇ ਥਾਂ-ਥਾਂ ਤੇ ਦੂਜਿਆਂ ਦੀ ਸਹਾਇਤਾ ਕਰਨ ਲਈ ਤਿਆਰ ਮਿਲਣਗੇ ਥਾਂ-ਥਾਂ ਤੇ ਮਤਲਬ ਹਰ ਜਗ੍ਹਾ ਤੇ ਬਹੁਤ ਜਗ੍ਹਾ ਤੇ ਮਿਲ ਜਾਣਗੇ ਕਿਸੇ ਪੁੱлле ਪਟਕੇ ਨੂੰ ਰਾਹ ਦਿਖਾਉਣਾ ਹੋਵੇ ਕਿਸੇ ਦਾ ਕੋਈ ਸੰਬੰਧੀ ਗਵਾਚ ਗਿਆ ਹੋਵੇ ਕਿਤੇ ਨਿੱਕੀ-ਮੋਟੀ ਦੁਰਘਟਨਾ ਹੋ ਗਈ ਹੋਵੇ ਜਾਂ ਕਿਸੇ ਹੋਰ ਕਾਰਨ ਮੇਲਿਆਂ ਵਰਗੇ ਇਕੱਠਾਂ ਵਿੱਚ ਡਾਕਟਰੀ ਸਹਾਇਤਾ ਦੀ ਲੋਡ ਪੈ ਜਾਵੇ ਇਹ ਬੱਚੇ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਮਿਲਣਗੇ ਤਾਂ ਇਹ ਕਿੱਥੇ ਕਿੱਥੇ ਮਦਦ ਕਰਦੇ ਨੇ ਪੁੱਲੇ ਪਟਕੇ ਨੂੰ ਰਾਹ ਦਿਖਾਉਣਾ ਮਤਲਬ ਕੋਈ ਬੰਦਾ ਆਪਣਾ ਰਾਹ ਭੁੱਲ ਗਿਆ ਤਾਂ ਉਸ ਨੂੰ ਦੱਸਣਾ ਕਿਸੇ ਦਾ ਕੋਈ ਸੰਬੰਧੀ ਮਤਲਬ ਕੋਈ ਰਿਸ਼ਤੇਦਾਰ ਗਵਾਚ ਗਿਆ ਮੇਲੇ ਵਿੱਚ ਤਾਂ ਦੱਸਣਾ ਕੋਈ ਛੋਟੀ ਮੋਟੀ ਦੁਰਘਟਨਾ ਹੋ ਗਈ ਹੈ ਜਾਂ ਕਿਤੇ ਹੋਰ ਡਾਕਟਰੀ ਸਹਾਇਤਾ ਦੀ ਲੋੜ ਹੈ ਛੋਟੀ ਮੋਟੀ ਯਾਨੀ ਕਿ ਜਿੰਨੂੰ ਸਿ ਫਰਸਟ ایڈ ਕਹਿ ਦਿੰਦੇ ਆ ਮੁੱਢਲੀ ਡਾਕਟਰੀ ਸਹਾਇਤਾ ਉਹ ਕਰਨ ਲਈ ਹਮੇਸ਼ਾ ਤਿਆਰ ਹੁੰਦੇ ਨੇ ਸੇਵਾ ਕਰਦਿਆਂ ਨਾਏ ਲੋੜਵੰਦਾਂ ਦੇ ਧਰਮ ਦਾ ਵਿਚਾਰ ਕਰਦੇ ਹਨ ਨਾ ਜਾਤ ਦਾ ਤੇ ਨਾ ਹੀ ਕੋਈ ਹੋਰ ਭੇਦਭਾਵ ਕਰਦੇ ਹਨ ਇਹਨਾਂ ਲਈ ਸਾਰੇ ਮਨੁੱਖ ਭੈਣ ਭਰਾ ਹਨ ਸਾਰਿਆਂ ਦੀ ਸਹਾਇਤਾ ਕਰਨਾ ਇਹਨਾਂ ਦਾ ਧਰਮ ਹੈ ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ਫਰਜ਼ ਸਮਝਦੇ ਹਨ ਤਾਂ ਇਸੇ ਸਾਨੂੰ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਇਹ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਦੀ ਸਹਾਇਤਾ ਤੇ ਸੇਵਾ ਕਰਦੇ ਹਨ ਇਹ ਬੱਚੇ ਦੇਸ਼ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਪੜਨ ਵਾਲੇ ਹੁੰਦੇ ਹਨ ਆਪਣੀ ਪੜ੍ਹਾਈ ਵੀ ਕਰਦੇ ਹਨ ਤੇ ਵੇਲੇ ਸਮੇ ਸਾਰਿਆਂ ਦੀ ਸਹਾਇਤਾ ਵੀ ਕਰਦੇ ਹਨ ਗੱਲਾਂ ਕਰਦਿਆਂ ਇਹ ਬੜੇ ਪਿਆਰ ਨਾਲ ਬੋਲਦੇ ਹਨ ਇਹ ਤਾਂ ਆਪਣੇ ਕੰਮ ਦੇ ਬਦਲੇ ਵਿੱਚ ਸ਼ਾਬਾਸ਼ ਦੀ ਵੀ ਆਸ ਨਹੀਂ ਕਰਦੇ ਤਾਂ ਇਹਨਾਂ ਤੋਂ ਸਾਨੂੰ ਪਤਾ ਚੱਲਦਾ ਕਿ ਇਹ ਬੱਚੇ ਪੜ੍ਹਾਈ ਦੇ ਨਾਲ-ਨਾਲ ਇਹ ਕੰਮ ਕਰਦੇ ਨੇ ਇਹ ਨਹੀਂ ਕਿ ਪੜ੍ਹਾਈ ਨਹੀਂ ਕਰਦੇ ਤੇ ਨਾਲੇ ਕਿਸੇ ਵੀ ਚੀਜ਼ ਦੀ ਆਸ ਨਹੀਂ ਕਰਦੇ ਇਥੋਂ ਤੱਕ ਕਿ ਸ਼ਾਮ ਬਾਸ਼ ਦੀ ਵੀ ਆਸ ਕਿਸੇ ਤੋਂ ਨਹੀਂ ਕਰਦੇ ਆਸ ਮਤਲਬ ਉਮੀਦ ਇਹਨਾਂ ਬੱਚਿਆਂ ਨੇ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਪੂਰਾ ਕਰਨ ਦਾ ਵਚਨ ਦਿੱਤਾ ਹੁੰਦਾ ਹੈ ਇਹ ਸਾਰੇ ਸਮਾਜ ਸੇਵਕ ਹੁੰਦੇ ਹਨ ਮੁੰਡਿਆਂ ਨੂੰ ਸਕਾਉਟ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਗਾਈਡ ਛੋਟੀ ਛੋਟੀ ਉਮਰ ਦੇ ਅਜਿਹੇ ਸਮਾਜ ਸੇਵੀ ਬੱਚਿਆਂ ਨੂੰ ਕਬ ਤੇ ਬੁਲਬੁਲਾ ਕਿਹਾ ਜਾਂਦਾ ਹੈ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਕਬ ਤੇ ਬੁਲਬੁਲਾ ਜਿਹੜੇ ਥੋੜੀ ਵੱਡੀ ਉਮਰ ਦੇ ਹੁੰਦੇ ਨੇ ਉਹਨਾਂ ਨੂੰ ਸਕਾਉਟ ਤੇ ਗਾਈਡ ਸਕਾਉਟ ਗਾਈਡ ਅਤੇ ਇਸ ਸੰਸਥਾ ਨਾਲ ਸਬੰਧ ਰੱਖਣ ਵਾਲੇ ਹੋਰ ਸਾਰੇ ਮੁੰਡੇ ਅਤੇ ਕੁੜੀਆਂ ਅਸਲ ਵਿੱਚ ਚੰਗਾ ਜੀਵਨ ਜਿਉਣਾ ਹੀ ਸਿੱਖ ਰਹੇ ਹੁੰਦੇ ਹਨ ਇਸ ਕਰਕੇ ਇਹ ਹਰ ਥਾਂ ਆਪਣੇ ਨਾਲੋਂ ਪਹਿਲਾਂ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦਿੰਦੇ ਹਨ ਸਕਾਉਟਾਂ ਅਤੇ ਗਾਈਡਾਂ ਨੇ ਸੌ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟੋ ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ ਇਸ ਸੌ ਨੂੰ ਯਾਦ ਰੱਖਣ ਲਈ ਉਹ ਆਪਣੇ ਗਲ ਵਿੱਚ ਬੰਨੇ ਹੋਏ ਰੁਮਾਲ ਨੂੰ ਇੱਕ ਗੰਡ ਦੇ ਲੈਂਦੇ ਹਨ ਉਹ ਗੰਡ ਉਦੋਂ ਹੀ ਖੋਲਦੇ ਹਨ ਜਦੋਂ ਕੋਈ ਚੰਗਾ ਕੰਮ ਕਰ ਲੈਣ ਸਕਾਉਟਾਂ ਤੇ ਗਾਈਡਾਂ ਦੀਆਂ ਵਰਦੀਆਂ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ ਪਰ ਕੰਮ ਇੱਕੋ ਹੁੰਦਾ ਹੈ ਦੂਜਿਆਂ ਦੀ ਸੇਵਾ ਕਰਨਾ ਉਹ ਇਸ ਲਈ ਕੋਈ ਸੇਵਾ ਫਲ ਵੀ ਨਹੀਂ ਲੈਂਦੇ ਸੇਵਾ ਫਲ ਮਤਲਬ ਕਿਸੇ ਤਰ੍ਹਾਂ ਦੀ ਕੋਈ ਫੀਸ ਕੋਈ ਕੋਈ ਪੈਸੇ ਲੈਣਾ ਕੁਝ ਵੀ ਨਈ ਲੰਦੇ ਬਿਨਾ ਕਿਸੇ ਚੀਜ਼ ਤੋਂ ਬਿਨਾ ਕਿਸੇ ਉਮੀਦ ਤੋਂ ਸੇਵਾ ਕਰਦੇ ਨੇ ਤਾਂ ਹੀ ਇਸ ਨੂੰ ਸਮਾਜ ਸੇਵਾ ਕਿਹਾ ਜਾਂਦਾ ਹੈ ਸਕਾਊਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇੱਕ ਫੌਜੀ ਅਫਸਰ ਸਰ ਬੈਡਨ ਪਾਵਲ ਨੇ ਸ਼ੁਰੂ ਕੀਤੀ ਸੀ ਉਹਨਾਂ ਨੇ 1908 ਈਸਵੀ ਵਿੱਚ ਸਕਾਊਟ ਲਹਿਰ ਬਾਰੇ ਇੱਕ ਪੁਸਤਕ ਲਿਖੀ ਇਸ ਤੋਂ ਪਹਿਲਾਂ ਸ਼੍ਰੀ ਪਾਵਲ 21 ਮੁੰਡਿਆਂ ਨਾਲ ਸੰਸਾਰ ਦਾ ਪਹਿਲਾ ਸਕਾਊਟ ਕੈਂਪ ਲਾ ਚੁੱਕੇ ਸਨ ਇਹ ਪੁਸਤਕ ਉਹਨਾਂ ਦੇ ਨਿੱਜੀ ਤਜਰਬਿਆਂ ਦਾ ਨਿਚੋੜ ਸੀ ਜੋ ਉਹਨਾਂ ਨੇ ਉਸ ਕੈਂਪ ਵਿੱਚ ਜੋ-ਜੋ ਕੀਤਾ ਉਹਨਾਂ ਸਾਰੇ ਐਕਸਪੀਰੀਅੰਸ ਉਹਨਾਂ ਸਾਰੇ ਤਜਰਬਿਆਂ ਦਾ ਨਿਚੋੜ ਮਤਲਬ ਇੱਕ ਸਾਰ ਸੀ ਇੱਕ ਕਿਤਾਬ ਇਸ ਪੁਸਤਕ ਨੂੰ ਪੜ੍ਹ ਕੇ ਹਜ਼ਾਰਾਂ ਮੁੰਡੇ ਇਸ ਲਹਿਰ ਵਿੱਚ ਭਰਤੀ ਹੋਣ ਲਈ ਤਿਆਰ ਹੋ ਗਏ ਭਾਰਤ ਵਿੱਚ 1909 ਈਸਵੀ ਵਿੱਚ ਪਹਿਲੀ ਵਾਰ ਕੁਝ ਵਿਦਿਆਰਥੀ ਸਕਾਉਟ ਬਣੇ ਤਾਂ ਇਹਨਾਂ ਲਾਈਨਾਂ ਤੋਂ ਸਾਨੂੰ ਵਿਸ਼ਵ ਵਿੱਚ ਤੇ ਭਾਰਤ ਵਿੱਚ ਇਸ ਲਹਿਰ ਦੇ ਇਤਿਹਾਸ ਬਾਰੇ ਪਤਾ ਚੱਲ ਗਿਆ ਸਕਾਉਟਾਂ ਨੂੰ ਆਪਣਾ ਵੇਲਾ ਸਮਾਂ ਚੰਗੇ ਢੰਗ ਨਾਲ ਬਿਤਾਉਣ ਦੀ ਜਾਚ ਸਿਖਾਈ ਜਾਂਦੀ ਹੈ ਉਹ ਆਪਣੀ ਰੁਚੀ ਅਨੁਸਾਰ ਆਪਣਾ ਅਤੇ ਹੋਰਨਾਂ ਦਾ ਮਨਪਰਚਾਵਾ ਵੀ ਕਰਦੇ ਹਨ ਅਤੇ ਸਮਾਜ ਦੀ ਸੇਵਾ ਕਰਦੇ ਹੋਏ ਚੰਗੇ ਸ਼ਹਿਰੀ ਬੰਨਾ ਸਿੱਖਦੇ ਹਨ ਸਕਾਊਟ ਕੈਂਪ ਅਤੇ ਰੈਲੀਆਂ ਵਿੱਚ ਮਨਪਰਚਾਵੇ ਤੋਂ ਬਿਨਾਂ ਮੁੱਢਲੀ ਡਾਕਟਰੀ ਸਹਾਇਤਾ ਕਰਨੀ ਸਿਖਾਈ ਜਾਂਦੀ ਹੈ ਮੁਸੀਬਤ ਵੇਲੇ ਕਿਸੇ ਦੀ ਮਦਦ ਕਿਵੇਂ ਕੀਤੀ ਜਾਵੇ ਵਿਸ਼ੇਸ਼ ਰੂਪ ਵਿੱਚ ਅੱਗ ਲੱਗ ਜਾਣ ਸਮੇਂ ਹੜ੍ਹਾਂ ਵੇਲੇ ਜਾਂ ਪੁਚਾਲਾਂ ਸਮੇਂ ਅਜਿਹੇ ਸਮੇਂ ਸਹਾਇਤਾ ਲਈ ਸਕਾਊਟ ਸਭ ਤੋਂ ਪਹਿਲਾਂ ਪਹੁੰਚਦੇ ਹਨ ਹਰ ਦੁੱਖ ਤਕਲੀਫ ਵੇਲੇ ਖਿੜੇ ਮੱਥੇ ਕਿਸ ਤਰ੍ਹਾਂ ਰਿਹਾ ਜਾਵੇ ਆਦੀ ਗੱਲਾਂ ਸਿੱਖ ਕੇ ਬੱਚੇ ਚੰਗੇ ਸ਼ਹਿਰੀ ਬਣਨ ਯੋਗ ਹੋ ਸਕਦੇ ਹਨ ਇਨ੍ਹਾਂ ਕੈਂਪਾਂ ਵਿੱਚ ਸਕਾਉਟ ਅਤੇ ਲੀਡਰ ਰਾਤ ਵੇਲੇ ਅੱਗ ਦੇ ਦੁਆਲੇ ਬੈਠ ਕੇ ਆਪਣੇ ਆਪਣੇ ਤਜਰਬੇ ਦੱਸਦੇ ਹਨ ਤਾਂ ਜੋ ਇਹਨਾਂ ਤੋਂ ਹੋਰ ਸਕਾਉਟ ਵੀ ਸਿੱਖਿਆ ਪ੍ਰਾਪਤ ਕਰ ਸਕਣ ਤਾਂ ਸਕਾਉਟ ਕੈਂਪਾਂ ਵਿੱਚ ਕਿਸ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਉਹ ਸਾਨੂੰ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਚੁਟਕਲੀਆਂ ਕਹਾਣੀਆਂ ਅਤੇ ਗੀਤ ਸੰਗੀਤ ਦਾ ਦੌਰ ਚੱਲਦਾ ਹੈ ਇੰਜ ਮਨ ਪਰਚਾਵਾ ਵੀ ਹੋ ਜਾਂਦਾ ਹੈ ਤੇ ਬੱਚੇ ਚੰਗੀਆਂ-ਚੰਗੀਆਂ ਗੱਲਾਂ ਵੀ ਸਹਿ ਸੁਭਾਹੀ ਮਨ ਵਿੱਚ ਵਸਾ ਲੈਂਦੇ ਹਨ ਸਹਿ ਸੁਭਾਹ ਮਤਲਬ ਜਿਹੜੀ ਚੀਜ਼ ਲਈ ਕੋਈ ਖਾਸ ਕੋਸ਼ਿਸ਼ ਨਾ ਕਰਨੀ ਪਵੇ ਆਪਣੇ ਆਪ ਹੋ ਜਾਵੇ ਮਨ ਵਿੱਚ ਵਸਾ ਲੈਣਾ ਮਨ ਵਿੱਚ ਪੱਕਾ ਕਰ ਲੈਣਾ ਇਸ ਤਰ੍ਹਾਂ ਆਪਸ ਵਿੱਚ ਇੱਕ ਦੂਜੇ ਤੋਂ ਸਿੱਖੀਆਂ ਹੋਈਆਂ ਚੰਗੀਆਂ ਆਦਤਾਂ ਦੀ ਵਰਤੋਂ ਸਕਾਉਟ ਸਮਾਜ ਸੇਵਾ ਲਈ ਕਰਦੇ ਹਨ ਸਕੂਲ ਵਿੱਚ ਸਕਾਉਟ ਮਾਸਟਰ ਸਕਾਉਟਾਂ ਨੂੰ ਜਥੇਬੰਦ ਕਰਦੇ ਹਨ ਸਾਰੇ ਸਕੂਲ ਦੇ ਸਕਾਉਟ ਜ਼ਿਲ੍ਹਾ ਪੱਧਰ ਉੱਤੇ ਅਤੇ ਫਿਰ ਰਾਜ ਪੱਧਰ ਉੱਤੇ ਵੀ ਇੱਕ ਦੂਜੇ ਨਾਲ ਸਕਾਉਟ ਸੰਸਥਾ ਰਾਹੀਂ ਜੁੜੇ ਹੁੰਦੇ ਹਨ ਇਹ ਸੰਸਥਾ ਰਾਜ ਪੱਧਰ ਤੇ ਹੀ ਸਮਾਪਤ ਨਹੀਂ ਹੋ ਜਾਂਦੀ ਸਗੋਂ ਸਾਰੇ ਦੇਸ਼ ਵਿੱਚ ਫੈਲਦੀ ਹੋਈ ਸਮੁੱਚੇ ਸੰਸਾਰ ਦੇ ਸਕਾਉਟਾਂ ਅਤੇ ਗਾਈਡਾਂ ਨੂੰ ਇੱਕ ਜਥੇਬੰਦੀ ਰਾਹੀਂ ਇੱਕ ਦੂਜੇ ਦੇ ਨੇੜੇ ਲੈ ਆਉਂਦੀ ਹੈ ਤਹ ਸਕਾਉਟ ਜਿਹੜੀ ਐ ਉਹ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਹੁੰਦੇ ਐ ਤੇ ਸਾਰੇ ਸੰਸਾਰ ਤੱਕ ਇਹ ਇੱਕ ਜਥੇਬੰਦੀ ਦੇ ਤੌਰ ਤੇ ਕੰਮ ਕਰਦੇ ਐ ਉਹ ਸਾਰੀਆਂ ਜਥੇਬੰਦੀਆਂ ਇੱਕ ਦੂਸਰੇ ਨਾਲ ਜੁੜੀਆਂ ਹੁੰਦੀਆਂ ਨੇ ਸਾਰੇ ਗਰੁੱਪ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਨ ਸੰਸਾਰ ਪਰ ਦੇ ਸਕਾਉਟ ਸੱਚਮੁੱਚ ਹੀ ਸਮਾਜ ਸੇਵਾ ਕਰਨ ਵਾਲੇ ਵਧੀਆ ਮਨੁੱਖ ਹਨ ਤਾਂ ਲੇਖਕ ਕਹਿ ਰਿਹਾ ਕਿ ਸਾਰੇ ਸੰਸਾਰ ਦੇ ਸਕਾਉਟ ਗਾਈਡ ਜਿਹੜੇ ਨੇ ਉਹ ਅਸਲ ਵਿੱਚ ਉਹ ਬਹੁਤ ਚੰਗੇ ਮਨੁੱਖ ਦੇ ਜਿਹੜੇ ਕਿ ਸਮਾਜ ਸੇਵਾ ਕਰ ਰਹੇ ਹਨ ਇਹ ਤਾਂ ਸੀ ਇਸ ਪਾਠ ਦਾ ਅਧਿਆਇ ਆਓ ਹੁਣ ਅਸੀਂ ਇਸ ਦਾ ਅਭਿਆਸ ਹੱਲ ਕਰਦੇ ਹਾਂ ਅਭਿਆਸ ਵਿੱਚ ਸਭ ਤੋਂ ਪਹਿਲਾ ਹੈ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ ਉਸ ਵਿੱਚ ਪਹਿਲਾ ਹੈ ਮੇਲਿਆਂ ਵਿੱਚ ਕਿਹੋ ਜਿਹੇ ਵਰਦੀ ਵਾਲੇ ਮੁੰਡੇ ਨਜ਼ਰ ਆਉਂਦੇ ਹਨ ਉੱਤਰ ਹੈ ਨੀਲੀ ਸਕਾਊਟ ਅਤੇ ਗਾਈਡ ਕੀ ਸਿਖਰੇ ਹੁੰਦੇ ਹਨ ਉੱਤਰ ਹੈ ਚੰਗੀ ਜੀਵਨ ਜਾਚ ਸਕਾਊਟ ਅਤੇ ਗਾਈਡ ਸੇਵਾ ਕਰਨ ਬਦਲੇ ਕੀ ਲੈਂਦੇ ਹਨ ਕੋਈ ਸੇਵਾ ਫਲ ਨਹੀਂ ਸਰ ਬੈਡਨ ਪਾਵਲ ਨੇ ਸਕਾਊਟ ਲਹਿਰਾਰੇ ਪੁਸਤਕ ਕਦੋਂ ਲਿਖੀ ਐੜਾ 1908 ਸਕੂਲ ਵਿੱਚ ਸਕਾਊਟਾਂ ਨੂੰ ਕੌਣ ਜੱਥੇਬੰਦ ਕਰਦਾ ਹੈ ਐੜਾ ਸਕਾਊਟ ਮਾਸਟਰ ਇਸ ਤੋਂ ਬਾਅਦ ਹਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਇਸ ਵਿੱਚ ਪਹਿਲਾ ਪ੍ਰਸ਼ਨ ਹੈ ਕਿਸੇ ਮੁਸਾਫਿਰ ਦੇ ਸੱਟ ਲੱਗਣ ਤੇ ਸਕਾਊਟ ਅਤੇ ਗਾਈਡ ਕੀ ਕਰਦੇ ਹਨ ਤਾਂ ਇਸ ਦਾ ਉੱਤਰ ਹੈ ਕਿਸੇ ਮੁਸਾਫਿਰ ਦੇ ਸੱਟ ਲੱਗਣ ਤੇ ਸਕਾਊਟ ਅਤੇ ਗਾਈਡ ਉਸ ਨੂੰ ਡਾਕਟਰੀ ਸਹਾਇਤਾ ਵਾਲੇ ਤੰਬੂ ਤੱਕ ਲੈ ਜਾਂਦੇ ਹਨ ਅੱਗੇ ਹੈ ਸਕਾਉਟ ਅਤੇ ਗਾਈਡ ਦਾ ਕੀ ਧਰਮ ਹੈ ਉੱਤਰ ਹੈ ਸਾਰਿਆਂ ਦੀ ਸਹਾਇਤਾ ਕਰਨਾ ਅੱਗੇ ਸਕਾਉਟਾਂ ਅਤੇ ਗਾਈਡਾਂ ਨੇ ਕੀ ਸੌ ਚੱਕੀ ਹੁੰਦੀ ਹੈ ਹਰ ਰੋਜ਼ ਘੱਟ ਤੋਂ ਘੱਟ ਇੱਕ ਚੰਗਾ ਕੰਮ ਕਰਨ ਦੀ ਸੌ ਅਗਲਾ ਪ੍ਰਸ਼ਨ ਹੈ ਸਕਾਉਟਾਂ ਅਤੇ ਗਾਈਡਾਂ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ਉੱਤਰ ਹੈ ਸਮਾਜ ਸੇਵਾ ਕਰਨਾ ਤੇ ਆਖਰੀ ਪ੍ਰਸ਼ਨ ਹੈ ਭਾਰਤ ਵਿੱਚ ਪਹਿਲੀ ਵਾਰ ਕਦੋਂ ਕੁਝ ਵਿਦਿਆਰਥੀ ਸਕਾਉਟ ਬਣੇ ਇਸ ਦਾ ਉੱਤਰ ਹੈ 1909 ਈਸਵੀ ਵਿੱਚ ਇਸ ਤੋਂ ਬਾਅਦ ਹੈ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਇੱਕ ਸਕਾਉਟ ਦੇ ਕੀ ਕੀ ਫਰਜ਼ ਹਨ ਇਸ ਦੇ ਤੁਸੀਂ ਪੁਆਇੰਟਸਾਂ ਵਿੱਚ ਉੱਤਰ ਦੇ ਸਕਦੇ ਹੋ ਸਭ ਤੋਂ ਪਹਿਲਾ ਮੁਸੀਬਤ ਵੇਲੇ ਮਦਦ ਕਰਨਾ ਫਿਰ ਮੁੱਢਲੀ ਡਾਕਟਰੀ ਸਹਾਇਤਾ ਦੇਣਾ ਫਿਰ ਭੁੱਲੇ ਪਟਕੇ ਨੂੰ ਰਾਹ ਦੱਸਣਾ ਤੇ ਆਖਿਰ ਮੇਲਿਆਂ ਆਦਿ ਵਿੱਚ ਗਵਾਚੇ ਨੂੰ ਰਿਸ਼ਤੇਦਾਰਾਂ ਨਾਲ ਮਿਲਾਉਣਾ ਦੂਸਰਾ ਪ੍ਰਸ਼ਨ ਹੈ ਸਕਾਊਟ ਕਿੰਨਾ ਗੱਲਾਂ ਦਾ ਪੇਤਪਾਅ ਨਹੀਂ ਕਰਦੇ ਇਸਦਾ ਉੱਤਰ ਹੈ ਸਕਾਊਟ ਤਰਮ ਜਾਤ ਜਾਂ ਕੋਈ ਵੀ ਹੋਰ ਪੇਤਪਾਅ ਨਹੀਂ ਕਰਦੇ ਹਨ ਅਗਲਾ ਪ੍ਰਸ਼ਨ ਹੈ ਸਕਾਊਟ ਕੈਂਪਾਂ ਵਿੱਚ ਸਕਾਊਟਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਸਦਾ ਉੱਤਰ ਹੈ ਸਕਾਊਟ ਕੈਂਪਾਂ ਵਿੱਚ ਸਕਾਊਟਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਮੁਸੀਬਤ ਸਮੇਂ ਦੂਸਰਿਆਂ ਦੀ ਮਦਦ ਕਰਨਾ ਅਤੇ ਚੰਗੀਆਂ ਨੈਤਿਕ ਗੱਲਾਂ ਸਿਖਾਈਆਂ ਜਾਂਦੀਆਂ ਹਨ ਆਖਰੀ ਪ੍ਰਸ਼ਨ ਹੈ ਸਕਾਊਟ ਲਹਿਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਅਤੇ ਕਿਸ ਨੇ ਸ਼ੁਰੂ ਕੀਤੀ ਤਾਂ ਸਕਾਊਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਵਿੱਚ ਸ਼ੁਰੂ ਹੋਈ ਇਹ ਸਰ ਬੈਡਨ ਪਾਵਲ ਨੇ ਸ਼ੁਰੂ ਕੀਤੀ ਦਾ ਚੌਥਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਜਿਸ ਵਿੱਚ ਪਹਿਲਾ ਸ਼ਬਦ ਹੈ ਸਹਾਇਤਾ ਸਾਨੂੰ ਦੂਸਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅੱਗੇ ਹੈ ਦੁਰਘਟਨਾ ਸੜਕ ਤੇ ਦੁਰਘਟਨਾ ਹੋ ਗਈ ਅਗਲਾ ਹੈ ਸੂਬਾ ਤੁਹਾਡਾ ਸੁਭਾਅ ਬਹੁਤ ਚੰਗਾ ਹੈ ਇਸ ਤੋਂ ਹੈ ਪੇਦ ਭਾਵ ਸਾਨੂੰ ਕਿਸੇ ਨਾਲ ਪੇਦ ਭਾਵ ਨਹੀਂ ਕਰਨਾ ਚਾਹੀਦਾ ਤੇ ਆਖਰੀ ਹੈ ਮੇਲਾ ਸਾਡੇ ਪਿੰਡ ਅੱਜ ਮੇਲਾ ਲੱਗਾ ਹੈ ਪੰਜਵਾਂ ਪ੍ਰਸ਼ਨ ਹੈ ਖਾਲੀ ਥਾਂਵਾਂ भरो ਸਾਰਿਆਂ ਦੀ ਸਹਾਇਤਾ ਕਰਨਾ ਇਹਨਾਂ ਦਾ ਡੈਸ਼ ਹੈ ਇੱਥੇ ਉੱਤਰ ਆਏਗਾ ਧਰਮ ਦੂਸਰਾ ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ਡੈਸ਼ ਸਮਝਦੇ ਹਨ ਫਰਜ਼ ਤੀਜਾ ਮੁੰਡਿਆਂ ਨੂੰ ਡੈਸ਼ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਡੈਸ਼ ਮੁੰਡਿਆਂ ਨੂੰ ਸਕਾਉਟ ਅਤੇ ਕੁੜੀਆਂ ਨੂੰ ਗਾਈਡ ਚੌਥਾ ਹੈ ਸਕਾਉਟਾਂ ਅਤੇ ਗਾਈਡਾਂ ਨੇ ਸੋਚ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਕਟੋ-ਕਟ ਇੱਕ ਡੈਸ਼ ਕੰਮ ਜ਼ਰੂਰ ਕਰਨਗੇ ਚੰਗਾ ਕੰਮ ਅਗਲਾ ਹੈ ਉਹ ਇਸ ਸੇਵਾ ਲਈ ਕੋਈ ਡੈਸ਼ ਵੀ ਨਹੀਂ ਲੈਂਦੇ ਉੱਤਰ ਆਏਗਾ ਸੇਵਾ ਫਲ ਉਸ ਤੋਂ ਅੱਗੇ 6ਵਾਂ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ इस विच पहला है यात्री जिसनों हिंद कह यात्री और अंग्रेजी विच ट्रैवलर टी आर ए वी ई डबल एल ई आर अगला शब्द है सिक्ख्या हिंदी विच शिक्षा तो अंग्रेजी विच एजुकेशन ई डी यू सी ए टी आई ओ एन अगला शब्द फर्ज हिंदी विच फर्ज और अंग्रेजी विच ड्यूटी डी यू टी वाई हिंदी कर्तव्य भी लिख सकते हो तीन ਅਗਲਾ ਸ਼ਬਦ ਹੈ ਮਨਪਰਚਾਵਾ ਹਿੰਦੀ ਵਿੱਚ ਮਨੋਰੰਜਨ ਅਤੇ ਇੰਗਲਿਸ਼ ਵਿੱਚ ਐਂਟਰਟੇਨਮੈਂਟ E N T E R T A I N M E N T ਅਗਲਾ ਹੈ ਸਮਾਜ ਸੇਵਾ ਹਿੰਦੀ ਵਿੱਚ ਵੀ ਸਮਾਜ ਸੇਵਾ ਤੇ ਇੰਗਲਿਸ਼ ਵਿੱਚ ਸੋਸ਼ਲ ਸਰਵਿਸ S O C I A L S E R V I C E ਇਸ ਤੋਂ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ ਇਹ ਸ਼ਬਦਾਂ ਦਾ ਤੁਸੀਂ ਇਨਾਂ ਦੇ ਸ਼ੁੱਧ ਜੋ ਜਿਹੜੇ ਸ਼ਬਦ ਜੋੜ ਨੇ ਉਹ ਤੁਸੀਂ ਪਾਠ ਵਿੱਚੋਂ ਵੀ ਲੱਭ ਕੇ ਲਿਖ ਸਕਦੇ ਹੋ ਤੇ ਮੈਂ ਇਸ ਵੀਡੀਓ ਵਿੱਚ ਵੀ ਤੁਹਾਨੂੰ ਹੱਲ ਕਰਕੇ ਦੇ ਦਿੱਤੇ ਹਨ ਸ਼ਬਦ ਹਨ ਗਵਾਚੇ ਇਸ਼ਨਾਨ ਲੋੜਮੰਦ ਲਹਿਰ ਅਤੇ ਮੁਸਾਫਿਰ ਤਾਂ ਬੇਟਾ ਇਹ ਸੀ ਤੁਹਾਡਾ ਪਾਠ ਸਮਾਜ ਸੇਵਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਅਸੀਂ ਜਲਦੀ ਹੀ ਤੁਹਾਡਾ ਅਗਲਾ ਪਾਠ ਲੈ ਕੇ ਹਾਜ਼ਰ ਹੋਵਾਂਗੇ उदो तकली रमनदीप कौर देऊ इजाजत धनवाद